ਸਤਿਕਾਰ ਜੀ ਸਾਰਿਆਂ ਨੂੰ ਤੁਸੀਂ ਦੇਖ ਰਹੇ ਹੋ ਬਰਾੜ ਕਿਚਨ ਅੱਜ ਅਸੀਂ ਬਣਾਵਾਂਗੇ ਰਾਈਸ ਵੈਜ ਬਿਰਿਆਨੀ ਰਾਈਸ ਵੈਜ ਬਿਰਿਆਨੀ ਬਣਾਉਣ ਵਾਸਤੇ ਜਿਹੜੀਆਂ ਚੀਜ਼ਾਂ ਦੀ ਸਾਨੂੰ ਲੋੜ ਆ ਅਸੀਂ ਇੱਕ ਵਾਰੀ ਦੇਖ ਲੈਂਦੇ ਹਾਂ ਇੱਕ ਕੌਲੀ ਅਸੀਂ ਹਰੇ ਮਟਰਾਂ ਦੀ ਲਈ ਆ ਤੇ ਅਸੀਂ ਇਹਨਾਂ ਨੂੰ ਕੱਟ ਕੇ ਤੇ ਧੋ ਲਿਆ ਚੰਗੀ ਤਰ੍ਹਾਂ ਸਾਫ਼ ਕਰ ਲਿਆ ਹੈ ਤੇ ਅਸੀਂ 400 ਗ੍ਰਾਮ ਚੌਲ ਲਏ ਆ ਚੌਲ ਤੁਸੀਂ ਕਿਸੇ ਵੀ ਵੈਰਾਈਟੀ ਦੇ ਲੈ ਸਕਦੇ ਹੋ ਜਿਵੇਂ ਤੁਹਾਨੂੰ ਚੰਗੇ ਲੱਗਦੇ ਆ ਤਿੰਨ ਸ਼ਿਮਲਾ ਮਿਰਚਾਂ ਲਈਆਂ ਸ਼ਿਮਲਾ ਮਿਰਚਾਂ ਅਸੀਂ ਥੋੜੀਆਂ ਮੀਡੀਅਮ ਸਾਈਜ਼ ਦੀਆਂ ਲਈਆਂ ਤੇ ਉਹਨਾਂ ਨੂੰ ਬਰੀਕ ਬਰੀਕ ਕੱਟ ਲਿਆ ਹੈ ਤੇ 3-4 ਅਸੀਂ ਗਾਜਰਾਂ ਲਈਆਂ ਉਹਨਾਂ ਨੂੰ ਵੀ ਅਸੀਂ ਥੋੜਾ ਬਰੀਕ ਕੱਟਿਆ ਹੈ ਤੇ 2 ਅਸੀਂ ਟਮਾਟਰ ਲਏ ਆ ਉਹ ਵੀ ਬਰੀਕ ਬਰੀਕ ਕੱਟ ਕੇ ਰੱਖ ਲਿਆ ਤੇ 3 ਅਸੀਂ ਮੀਡੀਅਮ ਸਾਈਜ਼ ਦੇ ਪਿਆਜ਼ ਲਏ ਆ ਉਹਨਾਂ ਨੂੰ ਵੀ ਬਰੀਕ ਬਰੀਕ ਕੱਟ ਲਿਆ 3-4 ਅਸੀਂ ਹਰੀਆਂ ਮਿਰਚਾਂ ਲਈਆਂ ਉਹ ਵੀ ਬਰੀਕ ਬਰੀਕ ਕੱਟ ਕੇ ਰੱਖ ਲਈਆਂ ਤੇ ਥੋੜਾ ਜਿਹਾ ਅਦਰਕ ਦਾ ਟੁਕੜਾ ਲਿਆ ਹੈ ਬਰੀਕ ਕੱਟ ਕੇ ਰੱਖ ਲਿਆ ਉਹ ਵੀ ਥੋੜੇ ਜਿਹੇ ਅਸੀਂ ਸੁੱਕੇ ਮਸਾਲੇ ਲਏ ਆ ਅਸੀਂ 4 ਲੌਂਗ ਲਏ ਆ ਇੱਕ ਤੇਜ਼ ਪੱਤਾ ਲਿਆ 5-6 ਅਸੀਂ ਕਾਲੀਆਂ ਮਿਰਚਾਂ ਲਈਆਂ ਤੇ ਇੱਕ ਵੱਡੀ ਇਲਾਇਚੀ ਲਈ ਆ ਤੁਸੀਂ ਵੱਧ ਘੱਟ ਇਹਨੂੰ ਜਿਵੇਂ ਤੁਹਾਨੂੰ ਚੰਗਾ ਲੱਗਦਾ ਤੁਸੀਂ ਪਾ ਸਕਦੇ ਹੋ ਚੌਲਾਂ ਨੂੰ ਅਸੀਂ 3-4 ਵਾਰੀ ਧੋ ਲੈਣਾ ਹੈ ਤੇ ਚੰਗੀ ਤਰ੍ਹਾਂ ਸਾਫ਼ ਕਰ ਲੈਣਾ ਇਹਨਾਂ ਨੂੰ ਚੌਲਾਂ ਨੂੰ ਅਸੀਂ ਉਹਨਾਂ ਟਾਈਮ ਧੋਣਾ ਜਿੰਨਾ ਚਿਰ ਇਦਾਂ ਦਾ ਪਾਣੀ ਜੇ ਸਾਫ਼ ਨਾ ਹੋ ਜਾਵੇ ਚੰਗੀ ਤਰ੍ਹਾਂ ਸਭ ਤੋਂ ਪਹਿਲਾਂ ਅਸੀਂ ਚੌਲਾਂ ਨੂੰ ਬਣਾਵਾਂਗੇ ਚੌਲਾਂ ਨੂੰ ਅਸੀਂ ਕੁੱਕਰ ਵਿੱਚ ਧਰ ਦਿਆਂਗੇ ਚੌਲਾਂ ਨੂੰ ਕੋਈ ਤੜਕਾ ਨਹੀਂ ਲਾਉਣਾ ਸਿੰਪਲ ਪਾਣੀ ਦੇ ਵਿੱਚ ਬਣਾਵਾਂਗੇ ਪਹਿਲੇ ਅਸੀਂ ਚੌਲਾਂ ਤੋਂ ਦੁੱਗਣਾ ਪਾਣੀ ਪਾਵਾਂਗੇ ਅਸੀਂ 2 ਕੌਲੇ ਪਾਤੇ ਆ ਅੱਧਾ ਕੌਲਾ ਅਸੀਂ ਹੋਰ ਪਾਵਾਂਗੇ ਵਿੱਚ ਪਾਣੀ ਅਸੀਂ ਕੁੱਕਰ ਦੀਆਂ 2 ਸੀਟੀਆਂ ਬਣਾਵਾਂਗੇ ਇੱਕ ਸੀਟੀ ਅਸੀਂ ਪੂਰੀ ਵੱਜਣ ਦੇਵਾਂਗੇ ਤੇ ਦੂਜੀ ਸੀਟੀ ਜਦੋਂ ਭਰ ਗਈ ਉਦੋਂ ਅਸੀਂ ਇਹਨੂੰ ਬੰਦ ਕਰ ਦਿਆਂਗੇ ਪਾਸੇ ਅਸੀਂ ਕੁੱਕਰ ਚ ਚੌਲ ਧਰਦੇ ਆ ਤੇ ਦੂਜੇ ਪਾਸੇ ਅਸੀਂ ਬਣਾਵਾਂਗੇ ਸਬਜ਼ੀ ਤੇ ਅਸੀਂ ਨਵੀਂ ਕੜਾਈ ਲਿਆਂਦੀ ਹੈ ਪਹਿਲਾਂ ਨਹੀਂ ਕੜਾਈ ਸਾਡੀ ਪੁਰਾਣੀ ਸੀਗੀ ਹੁਣ ਅਸੀਂ ਪਾਵਾਂਗੇ 2 ਚਮਚੇ ਰਿਫਾਈਨ ਤੇ ਸਬਜ਼ੀ ਬਣਾਉਣ ਵਾਸਤੇ ਤੁਸੀਂ ਇਹਦੇ ਵਿੱਚ ਸਰੋਂ ਦਾ ਤੇਲ ਵੀ ਪਾ ਸਕਦੇ ਹੋ ਸਭ ਤੋਂ ਪਹਿਲਾਂ ਅਸੀਂ ਇਹ ਮਸਾਲੇ ਪਾਵਾਂਗੇ ਜਿਹੜੇ ਅਸੀਂ ਲਏ ਸੀਗੇ ਜਿਹੜੀ ਵੱਡੀ ਇਲਾਇਚੀ ਹੈ ਅਸੀਂ ਇਹਨੂੰ ਤੋੜ ਕੇ ਪਾਵਾਂਗੇ प्याज हम अस पावे हरिया मिर्चा टमाटर चंगी तरह मिक्स कर लेंगे अभी इन 2 मिनट वास्ते ढक के रख देंगे ਤਾਂ ਕਿ ਟਮਾਟਰ ਚੰਗੀ ਤਰ੍ਹਾਂ ਬਣ ਜਾਣ ਹੁਣ ਅਸੀਂ ਇੱਕ ਵਾਰੀ ਚੈੱਕ ਕਰ ਲੈਂਦੇ ਹਾਂ ਟਮਾਟਰ ਸਾਡੇ ਹਲਕੇ ਜਿਹੇ ਬਣ ਗਏ ਆ ਹੁਣ ਅਸੀਂ ਇਹਦੇ ਵਿੱਚ ਪਾਵਾਂਗੇ ਸਬਜ਼ੀਆਂ ਜਿਹੜੀਆਂ ਚੱਕ ਕੇ ਰੱਖੀਆਂ ਬਰੀਕ ਬਰੀਕ ਸਭ ਤੋਂ ਪਹਿਲਾਂ ਅਸੀਂ ਗਾਜਰਾਂ ਪਾਵਾਂਗੇ ਸ਼ਿਮਲਾ ਮਿਰਚਾਂ ਵੀ ਅਸੀਂ ਨਾਲ ਹੀ ਪਾ ਦਿਆਂਗੇ ਹਰੇ ਮਟਰ ਵੀ ਵਿੱਚੇ ਪਾ ਦਿਆਂਗੇ ਅਸੀਂ ਤੇ ਇਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰਾਂਗੇ ਸਬਜ਼ੀ 'ਚ ਅਸੀਂ ਲੂਣ ਚੌਲਾਂ 'ਚ ਨਹੀਂ ਪਾਇਆ ਅਸੀਂ 1 ਚਮਚਾ ਮਿਰਚਾਂ ਦਾ ਪਾਵਾਂਗੇ ਤੇ 1 ਚਮਚਾ ਹੀ ਅਸੀਂ ਹਲਦੀ ਦਾ ਪਾਵਾਂਗੇ ਤੇ ਥੋੜ੍ਹਾ ਜਿਹਾ ਅਸੀਂ ਗਰਮ ਮਸਾਲਾ ਪਾਵਾਂਗੇ ਲੂਣ ਮਿਰਚ ਤੁਸੀਂ ਆਪਦੇ ਸਵਾਦ ਅਨੁਸਾਰ ਪਾਉਣਾ ਵੱਧ ਘੱਟ ਜਿਵੇਂ ਤੁਹਾਨੂੰ ਚੰਗਾ ਲੱਗਦਾ ਅਸੀਂ ਇਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ
ਅਸੀਂ ਉਹਦੇ ਵਿੱਚ ਪਾਵਾਂਗੇ 1 ਗਲਾਸ ਪਾਣੀ ਦਾ ਪਾਣੀ ਪਾਉਣ ਤੋਂ ਬਾਅਦ ਅਸੀਂ ਇਹਨੂੰ 10 ਮਿੰਟ ਵਾਸਤੇ ਢੱਕ ਕੇ ਰੱਖ ਦਿਆਂਗੇ सब्जी बन के तैयार हो गई है हम असी बंद गैस बंद कर दें तो दूजे पास अभी चौल धरे थे वह भी एक बार चेक कर लेंगे कि बन गए तुम देख सकते हो चौल भी पूरी तरह बन के तैयार हो गए हैं सब्जी असं एक डब्बे कढ़ लेंगे सब तो पहला फिर असं तुम्हें दस देंगे सब्जी में चौलों के किस तरह मिक्स करना सब्जी वाली कढ़ाई से चौल पा लेंगे हम इस कढ़ाई में थोड़े जे चौल पावे असि चौलों चंगी तरह कढ़ाई के उतार लेंगे तो असं ये उपर थोड़ी जी सब्जी पावे जिन्हें कि असी चौल पाए उन्नी कि असी सब्जी पावे तो सब्जी भी चंगी तरह असं चौलों के उपर खिलार लेंगे इस तरह अं दो तीन लेयर बना लेंगे चौलों दिन सब्जी दिन हम अस ये फिर चौल पावे एक लेयर असी होर चौलों की पा ली है हम एक लेयर असी होर सब्जी की पा देंगे एक लेयर चौलों की होर बिछावे इस तरह अं तीन लेयर चौलों दिन बना के तीन में सब्जी बना लेंगे हम अस उपरों ढक देंगे ढक्कन दो मिनट वास्ते असं फिर गर्म करा गैस से रखा मीडियम फ्लेम से करा गर्म बिरयानी बन के तैयार हो गई है हम अस गैस बंद कर देंगे सर्व प्लेट में पावे एक साइड तो पाना है बिरयानी बन के तैयार हो गई है तो देखो कितनी बढ़िया लग रही है इनू तुसी सॉस नाल सिंपल दही नाल जां रायते नाल भी खा सकते हो लून मिर्च तुसी चाहदे स्वाद अनुसार पाउणा घट वध जिवें किसी नूं चंगा लगता है वीडियो नूं लास्ट तक वेखण लई तुहाडा बहुत बहुत धन्नवाद ये वीडियो तुहानूं किस तरह की लगी कमेंट करके जरूर दसना तो जिहड़े इस चैनल ते नवें आ साडे चैनल नूं सबसक्राइब